ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫਿਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ। ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ। ਜਿਵੇਂ ਕਿ ਤੁਸੀਂ ਆਪਣੀ ਜਿਹੜੀ ਸ਼ਰਦਾਈ ਆ ਹੱਥ ਨਾਲ ਘੋੜਦੇ ਬਹੁਤ ਵਾਰੀ ਵੇਖੀ ਹੋਵੇਗੀ, ਅਤੇ ਅੱਜ ਤੁਹਾਨੂੰ ਇੱਕ ਮਸ਼ੀਨ ਵਿਖਾਉਂਦੇ ਹਾਂ ਜਿਹੜੀ ਕਿ ਸ਼ਰਦਾਈ ਜਿਹੜੀ ਆ ਉਹ ਘੋਟੀ ਜਾਂਦੀ ਆ ਮਸ਼ੀਨ ਦੇ ਨਾਲ। ਅਤੇ ਹੁਣ ਜਿਵੇਂ ਜਿਵੇਂ ਕਿ ਗਰਮੀ ਦਾ ਸੀਜ਼ਨ ਵਧਦਾ ਜਾ ਰਿਹਾ, ਗਰਮੀ ਆ ਰਹੀ ਹੈ, ਅਤੇ ਉਹਦੇ ਨਾਲ ਹੀ ਜਿਹੜੀ ਇਹ ਠੰਡੀ ਸ਼ਰਦਾਈ ਜਿਹੜੀ ਆ ਉਹ ਸਿਹਤ ਲਈ ਬਹੁਤ ਵਧੀਆ ਵਾ। ਅਤੇ ਉਹ ਤੁਹਾਨੂੰ ਹੁਣ ਮਸ਼ੀਨ ਵਿਖਾਉਂਦੇ ਹਾਂ, ਆਪਣੇ ਬਟਾਲੇ ਸ਼ਹਿਰ ਦੇ ਵਿੱਚ ਲੱਗੀ ਆ, ਤੁਹਾਨੂੰ ਐਡਰੈਸ ਵੀ ਦੱਸਦੇ ਹਾਂ। ਅਤੇ ਪਹਿਲਾਂ ਆਪਾਂ ਤੁਹਾਨੂੰ ਆਓ ਜੀ ਮਸ਼ੀਨ ਵਿਖਾਉਂਦੇ ਹਾਂ, ਅਤੇ ਨਾਲੇ ਆਪਾਂ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਪਿਆਰੀ ਸਾਧ ਸੰਗਤ ਜੀਓ, ਆਪਾਂ ਰਗੜੇ ਦੀ ਮਸ਼ੀਨ ਬਣਾਈ ਹੈ, ਜੋ ਕਿ ਮਸ਼ੀਨ ਰਗੜਦੀ ਹੈ ਅਤੇ ਸਾਦੀ ਸ਼ਰਦਾਈ ਵਧੀਆ ਜਿਹੜੀ ਮਤਲਬ ਕਿ ਤਿਆਰ ਹੁੰਦੀ ਜੇ, ਅਤੇ ਆਪਣਾ ਬਿਨਾਂ ਬਰਫ ਤੋਂ ਕੈਂਡੀ ਦੇ ਵਿੱਚ ਲਾ ਕੇ ਰੱਖੀਏ, ਅਤੇ ਮਤਲਬ ਕਿ ਮਸ਼ੀਨ ਲੱਗੀ ਹੈ ਚੱਲਣ। ਆ ਵੇਖਿਓ, ਸਮਾਨ ਜਿੱਦਾਂ ਕਿ ਦੋਸਤੋ ਆਪਣਾ ਜਿਹੜਾ ਬਟਾਲਾ ਸ਼ਹਿਰ ਹੈ ਉਹ ਲੋਹ ਨਗਰੀ ਦੇ ਨਾਲ ਹੀ ਜਾਣਿਆ ਜਾਂਦਾ ਹੈ, ਕਿਉਂਕਿ ਆਪਣੇ ਬਟਾਲੇ ਸ਼ਹਿਰ ਦੇ ਵਿੱਚ ਲੋਹੇ ਦਾ ਕੰਮ ਜਿਹੜਾ ਵਾ, ਲੋਹੇ ਦਾ ਵਪਾਰ ਬਹੁਤ ਚੱਲਦਾ ਹੁੰਦਾ ਸੀ। ਹੁਣ ਭਾਵੇਂ ਦੋ ਦਿਨ ਜਿਹੜਾ ਖਤਮ ਹੋ ਗਿਆ ਵਾ, ਉਹ ਥੋੜ੍ਹਾ ਬਹੁਤ ਅਜੇ ਵੀ ਚੱਲਦਾ ਹੁੰਦਾ। ਅਤੇ ਤੁਹਾਡਾ ਤੁਹਾਡਾ ਆਪਣਾ ਖਰਾਦ ਦਾ ਕੰਮ ਨਹੀਂ ਹੈਗਾ? ਨਹੀਂ, ਖਰਾਦ ਦਾ ਕੰਮ ਸਾਡਾ ਪਹਿਲਾਂ ਹੀ, ਹਾਂਜੀ, ਹੁਣ ਤਾਂ ਨਹੀਂ, ਹੁਣ ਤਾਂ ਸਾਡਾ ਵਾਸ਼ਿੰਗ ਦਾ ਕੰਮ ਹੈ। ਅੱਛਾ ਜੀ, ਉਹ ਵੀ ਬੇਟੇ ਕਰਦੇ ਆ। ਕਾਲੀਆਂ ਮਿਰਚਾਂ, ਹਰੀਆਂ ਲਾਚੀਆਂ, ਤੇ ਖਸਖਾਸ ਪਾਈ ਦੀ, ਜੇ ਮਗਜ ਪਾਈ ਦੀ, ਤੇ ਕਾਜੂ ਪਾਈ ਦੀ। ਤੇ ਬਾਬਾ ਜੀ ਦਾ ਜਿਹੜਾ ਸਰਦਾਈ ਦਾ ਗਲਾਸ ਜਿਹੜਾ ਉਹ ਕੀ ਰੇਟ ਦੇ ਦੇ ਰਹੇ ਜੀ? ਅਸੀਂ ਤੇ ਦੇਂਦੇ ਜੀ 50 ਰੁਪਏ ਦਾ। ਠੀਕ ਹੈ, 50 ਰੁਪਏ ਦਾ ਗਲਾਸ। ਹਾਂਜੀ ਹਾਂਜੀ। ਤੇ ਆਪਣਾ ਐਡਰੈਸ ਦੱਸ ਦਿਓ ਕਿੱਥੇ ਜੀ? ਐਡਰੈਸ ਸਾਡਾ ਕਾਨੂੰਨ ਰੋਡ ਤੇ ਹਰਵੰਤ ਜੋਤੀ ਗੈਸ ਏਜੰਸੀ ਦੇ ਲਾਗੇ, ਬਾਬਾ ਸਰਵੇ ਸਟੇਸ਼ਨ ਹੈ। ਹਾਂਜੀ।
ਸੋ ਦੋਸਤੋ ਤੁਸੀਂ ਇੱਥੇ ਵੇਖ ਸਕਦੇ ਹੋ, ਇੱਥੇ ਐਡਰੈਸ ਵੀ ਲਿਖਿਆ ਹੋਇਆ ਵਾ ਅਤੇ ਮੋਬਾਇਲ ਨੰਬਰ ਵੀ ਬਾਬਾ ਜੀ ਦਾ ਲਿਖਿਆ ਹੋਇਆ ਵਾ, ਤੁਸੀਂ ਸੰਪਰਕ ਕਰ ਸਕਦੇ ਹੋ, ਪੁੱਛ ਸਕਦੇ ਹੋ ਕਿੱਥੇ ਵੀ ਦੁਕਾਨ ਜਿਹੜੀ ਹੈਗੀ ਆ ਅਤੇ ਇੱਥੇ ਆਣ ਕੇ ਵੇਖ ਸਕਦੇ ਹੋ। ਅਤੇ ਹੁਣ ਤੁਹਾਨੂੰ ਐਡਰੈਸ ਦੱਸ ਦਿੰਦੇ ਹਾਂ, ਜਿਵੇਂ ਕਿ ਤੁਸੀਂ ਦੋਸਤੋ ਜਾਣਦੇ ਹੋ ਕਿ ਆਪਣੇ ਇੱਧਰ ਜਿਹੜੀ ਗੈਸ ਏਜੰਸੀ ਹੈ ਉਹਦੇ ਬਿਲਕੁਲ ਪਹਿਲਾਂ ਹੀ ਆ ਜਿਹੜੀ ਦੁਕਾਨ ਆ ਜਾਂਦੀ ਹੈ ਆਪਣੀ ਏ ਟੀ ਐੱਮ SBI ਦਾ ਜਿਹੜਾ ਬੈਂਕ ਆ ਏ ਟੀ ਐੱਮ ਆ, ਅਤੇ ਉੱਥੋਂ ਤੁਸੀਂ ਨਾਲ ਹੀ ਜਿਹੜਾ ਵਾ ਇੱਥੇ ਤੁਸੀਂ ਆਣ ਕੇ ਅਤੇ ਇੱਥੇ ਸ਼ਰਦਾਈ ਪੀ ਸਕਦੇ ਹੋ। ਅਤੇ ਜੇਕਰ ਮਸ਼ੀਨ ਖਰੀਦਣੀ ਹੋਵੇ ਤਾਂ ਤੁਸੀਂ ਉਹ ਵੀ ਬਾਬਾ ਜੀ ਨਾਲ ਸੰਪਰਕ ਕਰਕੇ ਅਤੇ ਮਸ਼ੀਨ ਵੀ ਜਿਹੜੀ ਆ ਉਹ ਤਿਆਰ ਕਰ ਸਕਦੇ ਹੋ। ਅਤੇ ਇਸ ਦੇ ਨਾਲ ਹੀ ਦੋਸਤੋ ਹੁਣ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਹੋਰ ਨਵੀਂ ਵੀਡੀਓ ਵਿੱਚ। ਧੰਨਵਾਦ ਜੀ।